जपियो जिन अर्जन देव गुरु, जपियो जिन अर्जन देव। तत विचार यह मथुरा जगतारण को अवतार बनायो, जपियो जिन अर्जन देव गुरु, फिर संकट जोन गर्भ न आयो। देश विदेश बैठे अकाल चैनल देख रहे सारे दर्शकों का स्वागत है। मैं हनुमान सिंह लैके हाजरा जी गुरु अर्जन पातशाह जी के शहादत के उपर खास प्रोग्राम मरता मरता जग मुआ, मर भी ना जानिया कोई, ऐसी मरनी जो मरे बोर ना मरना होए। अज जदों असी गुरु अर्जन पातशाह जी की शहादत के संबंध में विशेष प्रोग्राम पेश कर रहे हैं, इतने मैं अपने दर्शकों दस देव गुरु प्यारी साध संगत जीओ अकाल चैनल की निमाणी जी कोशिश हमेशा तो रही है कि गुरु साहबाना के प्रकाश दिहाड़े, गुरता गद्दी और ज्योति जो दिवस हर एक गुरु पातशाह का इतिहास, सिख मरजीवड़े योद्धा का इतिहास तुहाडे रूबरू कर सकीए। गुरु अर्जन साहब जी की शहादत किवें हुई, की कारण सन, अते गुरु अर्जन साहब की शहादत तो बाद किस तरह के नतीजे सिख कौम के सामने आए, इन्हों पूरे विषयों गलबात करने इस इतिहास में साढ़े सामने, इन्हों सुनहरी पन्नों साढ़े सामने तुहाडे सामने रूपरूमान करने वास्ते साढ़े को पहुँचे ने जी सिख पंथ की बड़ी प्यारी शख्सियत, साढ़े अति सत्कारयोग सिख चिंतक भाई साहब भाई गुलाल सिंह जी। भाई साहब तुहाडा स्वागत है जी, फतेह अज करते हैं। वाहिगुरू जी का खालसा, वाहिगुरू जी की फतेह। ਭਾਈ ਸਾਹਿਬ ਜਦੋਂ ਅਸੀਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਅੱਜ ਦੁਨੀਆ ਦਾ ਕੋਈ ਕੋਨਾ ਇਹੋ ਜਿਹਾ ਨਹੀਂ ਜਿੱਥੇ ਗੁਰੂ ਨਾਨਕ ਨਾਮ ਦੇਵਾ ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਯਾਦ ਨਾ ਕੀਤਾ ਹੋਵੇ। ਬਿਲਕੁਲ, ਭਾਵੇਂ ਉਹ ਸੁਖਮਨੀ ਸਾਹਿਬ ਦਾ ਪਾਠ ਕਰਕੇ ਯਾਦ ਕੀਤਾ, ਭਾਵੇਂ ਗੁਰਬਾਣੀ ਪੜ੍ਹ ਕੇ, ਭਾਵੇਂ ਕੀਰਤਨ ਕਰਕੇ ਯਾਦ ਕੀਤਾ ਜੀ। ਅੱਜ ਹਰ ਇੱਕ ਦੇ ਜਵਾਨ 'ਤੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ 'ਤੇ ਨਮਸਕਾਰ ਹੈ, ਕੋਟਾਨਕੋਟ ਪ੍ਰਣਾਮ ਹੈ। ਤੁਸੀਂ ਬੜੇ ਲੰਬੇ ਸਮੇਂ ਤੋਂ ਸੰਗਤ ਵਿੱਚ ਵਿਚਰ ਰਹੇ ਹੋ, ਬਕਾਇਦਾ ਸਿੱਖ ਸਟੇਜਾਂ ਦੇ ਉੱਪਰ ਤੁਸੀਂ ਗੁਰੂ ਇਤਿਹਾਸ ਨੂੰ, ਸਿੱਖ ਇਤਿਹਾਸ ਨੂੰ ਪੇਸ਼ ਕਰ ਰਹੇ ਹੋ, ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਤੁਸੀਂ ਕਿਵੇਂ ਪੇਸ਼ ਕਰੋਗੇ? ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਇਹ ਕਰਦਿਆਂ, ਸਾਡੇ ਗੁਰ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੈ, ਸਭ ਤੋਂ ਪਹਿਲੀ ਸ਼ਹਾਦਤ, ਜਿਸ ਕਰਕੇ ਆਪਾਂ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਵੀ ਆਖਦੇ ਹਾਂ, ਗੁਰੂ ਪਰੰਪਰਾ ਵਿੱਚੋਂ ਪਹਿਲੀ ਸ਼ਹਾਦਤ। ਹਾਂਜੀ ਬਿਲਕੁਲ। ਅਤੇ ਜੇ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਗੱਲ ਕਰੀਏ, ਮੈਂ ਆਰੰਭਤਾ ਤੋਂ ਉਹਨਾਂ ਦੇ ਜੀਵਨ ਬਾਰੇ ਥੋੜ੍ਹਾ, ਵੈਸੇ ਤਾਂ ਗੱਲ ਇਹ ਹੈ ਕਿ ਸਾਡੀ ਕੋਈ ਪਾਇਆ ਨਹੀਂ, ਜਿਵੇਂ ਅੱਲਾ ਯਾਰ ਖਾਂ ਜੋਗੀ ਦਸਮ ਪਾਤਸ਼ਾਹ ਨੂੰ ਮੁਖਾਤਬ ਹੋ ਕੇ ਕਹਿੰਦਾ, ਇੱਕ ਆਂਖ ਸੇਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਮਝਦਾਰ ਕੋ ਜਾਂ ਲਹਿਰ ਕੋ ਦੇਖੇ, ਵੀ ਉਹਨਾਂ ਦੇ ਜੀਵਨ ਦੀ ਅਸੀਂ ਕੀ ਗੱਲ ਕਰ ਸਕਦੇ ਹਾਂ? ਬਿਲਕੁਲ, ਇਹ ਸਾਡੀ ਪਾਇਆ ਨਹੀਂ ਕਿ ਅਸੀਂ ਉਹਨਾਂ ਦੇ ਜੀਵਨ ਨੂੰ ਬਿਆਨ ਕਰ ਸਕੀਏ, ਪਰ ਉਹਨਾਂ ਦੇ ਸਿੱਖ ਹੋਣ ਦੇ ਨਾਤੇ ਅਸੀਂ ਉਹਨਾਂ ਦੀਆਂ ਗਾਥਾਵਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਦੇ ਵੇਲਿਆਂ ਤੋਂ ਗਾਉਂਦੇ ਆਉਂਦੇ ਹਾਂ, ਬਵਾਨੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਹਾਂਜੀ, ਅਤੇ ਉਹਨਾਂ ਦੇ ਇਤਿਹਾਸ ਬਾਰੇ ਕੁਝ ਪਿਛਾਂ ਤੋਂ ਆਪਾਂ ਝਾਤ ਮਾਰੀਏ। ਗੁਰੂ ਅੰਗਦ ਸਾਹਿਬ ਜੀ ਦੇ ਚਰਨ ਪਰਸਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਜੀ, ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਘਰ ਦੇ ਦਮਾਦ ਬਣਦੇ ਹਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਜੀ। ਗੁਰੂ ਰਾਮਦਾਸ ਪਾਤਸ਼ਾਹ ਜੀ ਜੋ ਕਿ ਉਹਨਾਂ ਦੇ ਗ੍ਰਹਿ ਵਿਖੇ ਤਿੰਨ ਸਪੁੱਤਰਾਂ ਦੀ ਆਮਦ ਹੁੰਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਭ ਤੋਂ ਛੋਟੇ ਸਪੁੱਤਰ ਨੇ, ਔਰ ਭੱਟਾਂ ਨੇ ਗੁਰੂ ਸਾਹਿਬਾਨ ਦੇ ਬਾਰੇ ਜੋ ਬਾਣੀ ਦੇ ਵਿੱਚ ਵਿਖਿਆਨ ਕੀਤਾ ਹੈ, ਇਹ ਕੇਵਲ ਗੁਰੂ ਅਰਜਨ ਸਾਹਿਬ ਜੀ ਦੇ ਹਿੱਸੇ ਹੀ ਆਈ ਹੈ ਇਹ ਗੱਲ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਨਮ ਤੋਂ ਲੈ ਕੇ ਹੀ ਗੁਰੂ ਅਰਜਨ ਸਾਹਿਬ ਜੀ ਉਸ ਬ੍ਰਹਮ ਦੇ ਨਾਲ ਜੋ ਉਹਨਾਂ ਦੀ ਸਾਂਝ ਰਹੀ ਹੈ, ਬ੍ਰਹਮ ਦੀ ਪਛਾਣ ਰਹੀ ਹੈ। ਸੋ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀ ਗੱਲ ਆਰੰਭ ਕਰੀਏ, 1563 ਈਸਵੀ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਤਿਗੁਰਾਂ ਦਾ ਆਗਮਨ ਹੁੰਦਾ ਹੈ, ਜੋ ਕਿ ਨਾਨਾ ਜੀ, ਗੁਰੂ ਅਰਜਨ ਸਾਹਿਬ ਜੀ ਦੇ ਨਾਨਾ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ, ਉਹਨਾਂ ਦੁਆਰਾ ਹੀ ਇਹ ਨਗਰ ਵਸਾਇਆ ਗਿਆ ਗੁਰੂ ਅੰਗਦ ਸਾਹਿਬ ਜੀ ਦੇ ਹੁਕਮਾਂ ਅਨੁਸਾਰ। ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਨਗਰ ਵਸਾਇਆ, ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਖਣ ਬੁੱਧੀ ਹੈ, ਉਹਨਾਂ ਨੇ 7 ਸਾਲਾਂ ਦੀ ਉਮਰਾਂ ਦੇ ਵਿੱਚ ਜੋ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਵੀ ਪਛਾਣ ਲਿਆ ਜੀ, ਔਰ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਦੇ ਪਰਥਾਏ ਜੋ ਉਹਨਾਂ ਨੇ ਬੋਲ ਕਹੇ, ਆਪਣੇ ਦੋਹਤੇ ਦੇ ਪਰਥਾਏ, ਦੋਹਿਤਾ ਬਾਣੀ ਕਾ ਬੋਹਿਥਾ, ਇਹਦੇ ਬਾਰੇ ਆਪ ਜੀ ਸਾਖੀ ਜਾਣਦੇ ਹੋ ਕਿ ਜੋ ਇੱਕ ਵਾਰ
ਗੁਰੂ ਅਰਜਨ ਸਾਹਿਬ ਜੀ ਅਜੇ ਸਾਲ ਕੁ ਦੀ ਉਮਰ ਵਿਦਵਾਨਾਂ ਨੇ ਦੱਸੀ ਹੈ, 1 ਸਾਲ ਦੇ ਕਰੀਬ ਉਮਰ ਸੀ, ਅਤੇ ਜੋ ਗੁਰੂ ਸਾਹਿਬ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਿੰਘਾਸਨ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਅਤੇ ਮਾਤਾ ਜੀ ਨੇ ਆ ਕੇ ਜੱਫੇ 'ਚੋਂ ਲਿਆ ਕਿ ਨਹੀਂ, ਇਹ ਗੁਰੂ ਸਾਹਿਬ ਦਾ ਸਿੰਘਾਸਨ ਹੈ, ਇਸ 'ਤੇ ਨਹੀਂ ਚੜ੍ਹਨਾ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਪਿਆਰ ਦੇ ਨਾਲ ਕਿਹਾ ਕਿ ਜੇ ਦੋਇਤਾ ਬਾਣੀ ਕਾ ਬੋਝ ਥਾ, ਜੇ ਇਹ ਨਹੀਂ ਚੜ੍ਹੇਗਾ ਤਾਂ ਫਿਰ ਹੋਰ ਕੌਣ ਇਸ ਸਿੰਘਾਸਨ 'ਤੇ ਬੈਠੇਗਾ। ਸੋ ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਦੂਰਦ੍ਰਿਸ਼ਟੀ ਹੈ, ਇਸ਼ਾਰਾ ਪਹਿਲੇ ਕਰ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ। ਬਿਲਕੁਲ ਜੀ, ਬਿਲਕੁਲ। ਔਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜੋ ਤਾਲੀਮ ਹੈ, ਜੋ ਸਿੱਖਿਆ ਹੈ, ਮੁੱਢਲੀ ਸਿੱਖਿਆ, ਉਸੇ ਤਰ੍ਹਾਂ ਬਾਬਾ ਪਿਰਥੀ ਚੰਦ ਵਾਸਤੇ ਵੀ ਉਹੀ ਪਿਆਰ ਹੈ, ਉਸੇ ਥਾਂ 'ਤੇ ਉਹੀ ਪੜ੍ਹਦੇ ਹਨ, ਉਹੀ ਸਿੱਖਿਆ ਉਹਨਾਂ ਨੂੰ ਦਿੱਤੀ ਜਾਂਦੀ ਹੈ, ਬਾਬਾ ਮਹਾਦੇਵ ਵਾਸਤੇ ਵੀ ਉਹੀ ਸਿੱਖਿਆ ਹੈ, ਔਰ ਗੁਰੂ ਅਰਜਨ ਸਾਹਿਬ ਵਾਸਤੇ ਵੀ ਉਹੀ ਸਿੱਖਿਆ ਜਿਹੜੀ ਹੈ, ਉਸੇ ਘਰ ਦੇ ਵਿੱਚ ਉਹੀ ਤਾਲੀਮ ਦਿੱਤੀ ਜਾਂਦੀ ਹੈ। ਪਰ ਗੁਰੂ ਅਰਜਨ ਸਾਹਿਬ ਜੀ, ਕਿਉਂਕਿ ਜੋਤ ਅਤੇ ਗੁਰੂ ਨਾਨਕ ਸਾਹਿਬ ਦੀ ਵਰਤਣੀ ਹੈ ਉਹਨਾਂ ਦੇ ਅੰਦਰ, ਔਰ ਇਸ ਕਰਕੇ ਉਹਨਾਂ ਦੀ ਜਿਹੜੀ ਸਿੱਖਿਆ, ਉਸ ਸਿੱਖਿਆ ਨੂੰ ਪ੍ਰਾਪਤ ਕਰਨ ਦੀ, ਗ੍ਰਹਿਣ ਕਰਨ ਦੀ ਉਹਨਾਂ ਦੀ ਜਿਹੜੀ ਹਸਤੀ ਹੈ, ਉਹ ਦੂਜਿਆਂ ਦੇ ਨਾਲੋਂ ਵੱਖਰੀ ਹੈ। ਉਹ ਜਨਮ ਤੋਂ ਲੈ ਕੇ ਹੀ ਦੂਜਿਆਂ ਦੇ ਨਾਲੋਂ ਵੱਖਰੇ ਰਹੇ ਹਨ। ਔਰ ਜਦੋਂ ਤਕਰੀਬਨ 11 ਕੁ ਸਾਲਾਂ ਦੀ ਉਮਰ ਹੁੰਦੀ ਹੈ, 11 ਸਾਲ ਵਿਦਵਾਨਾਂ ਨੇ ਦੱਸਿਆ ਕਿ 11 ਕੁ ਸਾਲ ਤੱਕ ਜਿਹੜਾ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ ਗੋਦ ਵਿੱਚ ਗੁਰੂ ਅਰਜਨ ਸਾਹਿਬ ਜੀ ਖੇਡੇ ਹਨ। ਜਦੋਂ 11 ਸਾਲ ਦੀ ਉਮਰ ਹੁੰਦੀ ਹੈ, ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ, ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾ ਜਾਂਦੇ ਹਨ, ਔਰ ਉਦੋਂ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਗੱਦੀ 'ਤੇ ਬਿਰਾਜਮਾਨ ਹੁੰਦੇ ਹਨ ਜੀ। ਸੋ ਇਸ ਤਰ੍ਹਾਂ ਗੁਰਗੱਦੀ 'ਤੇ ਬਿਰਾਜਮਾਨ ਹੋ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਹਰ ਇੱਕ ਨੂੰ ਉਹਨਾਂ ਦੇ ਕੰਮ ਵੀ ਸੌਂਪਦੇ ਹਨ। ਬਾਬਾ ਪਿਰਥੀ ਚੰਦ ਜੀ, ਉਹ ਵੀ ਹਰ ਕੰਮ ਦੇ ਵਿੱਚ ਬੜੇ ਮਾਹਰ ਨੇ, ਹਰ ਕੰਮ ਬੜਾ ਅੱਗੇ ਹੋ ਕੇ ਕਰਦੇ ਨੇ, ਔਰ ਬਾਬਾ ਮਹਾਦੇਵ ਜੀ ਸ਼ੁਰੂ ਤੋਂ ਹੀ ਜਿਹੜੇ ਉਹ ਗ੍ਰਿਸਤ ਤੋਂ ਉਪਰਾਮ ਰਹਿਣ ਵਾਲੇ ਉਹਨਾਂ ਦਾ ਜੀਵਨ ਹੈ, ਉਹ ਇਹਨਾਂ ਕੰਮਾਂ ਕਾਰਾਂ ਵਿੱਚ ਬਹੁਤਾ ਖਿਆਲ ਜਿਹੜਾ ਹੈ ਧਿਆਨ ਨਹੀਂ ਕਰਦੇ। ਗੁਰੂ ਅਰਜਨ ਸਾਹਿਬ ਵੀ ਬਾਖੂਬੀ ਇਸ ਪਾਸੇ 'ਤੇ ਧਿਆਨ ਕਰਦੇ ਹੀ ਹਨ, ਔਰ ਗੁਰੂ ਸਾਹਿਬਾਂ ਦੀ ਜਿਹੜੀ ਬਾਣੀ ਹੈ ਉਹਦੇ ਨਾਲ ਵੀ ਉਹ ਵੱਧ ਤੋਂ ਵੱਧ ਜੁੜਦੇ ਹਨ, ਗੁਰੂ ਸਾਹਿਬ ਦੀ ਸਿੱਖਿਆ ਦੇ ਨਾਲ ਵੱਧ ਤੋਂ ਵੱਧ ਜੁੜਦੇ ਹਨ। ਇਹੀ ਫਰਕ ਜਿਹੜਾ ਹੈ ਉਹ ਅੱਗੇ ਜਾ ਕੇ ਜੀਵਨ ਵਿੱਚ ਆ ਜਾਂਦਾ ਹੈ। ਬਾਬਾ ਪਿਰਥੀ ਚੰਦ ਵੀ ਕਾਰਜ ਜ਼ਰੂਰ ਕਰਦਾ ਹੈ ਸਾਰੇ, ਪਰ ਬਾਬਾ ਪਿਰਥੀ ਚੰਦ ਜਿਹੜਾ ਹੈ ਉਹਦਾ ਇਸ ਕਾਰਜ ਦੇ ਪਿੱਛੇ ਕਿਤੇ ਨਾ ਕਿਤੇ ਜਿਹੜਾ ਹੈ ਉਹ ਆਪਣੇ ਮਨ ਦਾ ਸਵਾਰਥ ਕਿ ਇਹ ਗੁਰਗੱਦੀ ਦਾ ਵਾਰਸ ਟੀਚਾ ਪਿੱਛੇ ਕੁਝ ਹੋਰ ਹੈ, ਮੈਂ ਪ੍ਰਾਪਤੀ ਚਾਹੁੰਦੇ ਨੇ, ਹਾਂਜੀ ਵੀ ਆਹ ਮੈਨੂੰ ਮਿਲ ਜਾਵੇ, ਆਹ ਇੱਥੇ ਮੈਂ ਪ੍ਰਾਪਤ ਕਰ ਲਵਾਂ। ਬਿਲਕੁਲ, ਉਹਨਾਂ ਦੇ ਜੀਵਨ ਦਾ ਟੀਚਾ ਕੁਝ ਹੋਰ ਹੈ। ਔਰ ਗੁਰੂ ਅਰਜਨ ਸਾਹਿਬ ਜੀ ਨੇ ਸਵਾਰਥ ਹੋ ਕੇ ਨਿਸ਼ਕਾਮ ਭਾਵਨਾ ਤੋਂ ਜਿਹੜਾ ਹੈ ਉਹ ਸਾਰੀ ਸੇਵਾ ਕਰਦੇ ਹਨ। ਉੱਥੇ ਬਿਲਡਿੰਗਾਂ ਦੀ ਸੇਵਾ ਵੀ ਹੁੰਦੀ ਹੈ, ਉੱਥੇ ਹਰ ਜੋ ਗੁਰੂ ਘਰ ਦੇ ਵਿੱਚ ਕਾਰਜ ਨੇ, ਸੰਗਤਾਂ ਦੀਆਂ ਸੇਵਾਵਾਂ ਹੁੰਦੀਆਂ ਹਨ, ਉਹ ਸਾਰੀਆਂ ਬਾਖੂਬੀ ਤਨੋ ਮਨੋ ਚਾਹ ਦੇ ਨਾਲ, ਪ੍ਰੇਮ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਕਰਦੇ ਹਨ। ਔਰ ਇਸ ਤਰ੍ਹਾਂ ਸਮਾਂ ਆਉਂਦਾ ਹੈ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਦੋਂ ਗੁਰਗੱਦੀ 'ਤੇ ਬਿਠਾਇਆ ਜਾਂਦਾ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣਾ ਸਮਾਂ ਨੇੜੇ ਜਾਣਦੇ ਹੋਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ 'ਤੇ ਬਿਰਾਜਮਾਨ ਕਰਦੇ ਹਨ 1581 ਦੇ ਵਿੱਚ। 1563 ਦੇ ਵਿੱਚ ਆਗਮਨ ਹੁੰਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ। ਸੋ ਇਸ ਤਰ੍ਹਾਂ ਜਿਹੜੀ ਸਭ ਤੋਂ ਪਹਿਲੀ ਵਿਰੋਧਤਾ ਹੈ ਉਹ ਘਰ ਦੇ ਵਿੱਚੋਂ ਸ਼ੁਰੂ ਹੋ ਜਾਂਦੀ ਹੈ। ਮੈਂ ਇਹ ਗੱਲ ਕਰਨਾ ਚਾਹੁੰਦਾ ਸੀ ਭਾਈ ਸਾਹਿਬ, ਜਦੋਂ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਇਹ ਜੀਵਨ ਵੱਲ ਵੇਖਦੇ ਹਾਂ, ਹਾਲਾਂਕਿ ਸੇਵਾ ਦੇ ਸਦਕੇ ਗੁਰੂ ਰਾਮਦਾਸ ਪਾਤਸ਼ਾਹ ਛੋਟੇ ਸਪੁੱਤਰ ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਨੂੰ ਗੁਰਗੱਦੀ 'ਤੇ ਬਿਰਾਜਮਾਨ ਕਰਦੇ ਨੇ, ਬਾਹਰੋਂ ਵਿਰੋਧ ਇੰਨਾ ਨਹੀਂ ਹੁੰਦਾ ਜਿੰਨਾ ਘਰ ਵਿੱਚੋਂ ਵਿਰੋਧ ਹੁੰਦਾ। ਹਾਂਜੀ, ਸਕੇ ਭਰਾ ਵਿਰੋਧ ਕਰ ਰਹੇ ਨੇ, ਉਹ ਵੀ ਪ੍ਰਿਥੀਏ ਵਰਗੇ, ਕਿਉਂਕਿ ਉਹਨਾਂ ਦੇ ਮਨ ਵਿੱਚ ਲਾਲਸਾ ਹੈ ਸ਼ੁਰੂ ਤੋਂ ਲੈ ਕੇ, ਉਹਨਾਂ ਦੇ ਮਨ ਵਿੱਚ ਇਹ ਸੀ ਕਿ ਮੈਂ ਵੱਡਾ ਹਾਂ ਔਰ ਇਸ ਗੱਦੀ ਦੇ ਮਾਲਕ ਮੈਂ ਬਣਨਾ ਹੈ। ਔਰ ਇੱਥੋਂ ਤੱਕ ਵੀ ਜੋ ਕਿ ਵਿਦਵਾਨਾਂ ਨੇ ਸਾਡਿਆਂ ਨੇ ਜ਼ਿਕਰ ਕੀਤਾ ਹੈ, ਜਿਸ ਦਿਨ ਜਿਵੇਂ ਕਿ ਆਪਣੀ ਸਮਾਜਿਕ ਪਰੰਪਰਾ ਹੈ, ਜਦੋਂ ਪਿਤਾ ਦੇ ਜਾਣ ਤੋਂ ਬਾਅਦ ਪੁੱਤਰਾਂ ਨੂੰ ਜਿਹੜੀ ਦਸਤਾਰਬੰਦੀ ਦੀ ਰਸਮ ਜਿਹੜੀ ਕੀਤੀ ਜਾਂਦੀ ਹੈ, ਉਹਦੇ ਵਿੱਚ ਵੀ ਬਾਬੇ ਪਿਰਥੀਏ ਨੇ ਆਪਣਾ ਪੂਰਾ ਜ਼ੋਰ ਲਾਇਆ ਕਿ ਕਿਸੇ ਨਾ ਕਿਸੇ ਤਰ੍ਹਾਂ ਜੋ ਦਸਤਾਰਬੰਦੀ ਮੇਰੇ ਨਾਮ ਤੋਂ ਹੋਵੇਗੀ ਅਤੇ ਮੈਂ ਆਪਣੇ ਆਪ ਨੂੰ ਗੁਰਗੱਦੀ ਦਾ ਜਿਹੜਾ ਹੈ ਉਹ ਹੱਕਦਾਰ ਜਤਾ ਦਿਆਂਗਾ ਸਾਰਿਆਂ ਦੇ ਸਾਹਮਣੇ ਇਸ ਸਾਰੇ ਇਕੱਠ ਦੇ ਵਿੱਚ। ਪਰ ਉੱਥੇ ਵੀ ਜਿਹੜੀ ਹੈ ਉਹਦੀ ਕੋਈ ਨਹੀਂ ਚੱਲਦੀ, ਆਪਣਾ ਜ਼ੋਰ ਉੱਥੇ ਵੀ ਲਾਉਂਦਾ ਹੈ ਸਾਰੇ, ਕਿਉਂਕਿ ਗੁਰੂ ਅਰਜਨ ਸਾਹਿਬ ਦੇ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਬਚਨ ਕਰ ਗਏ, ਜੋ ਫੈਸਲਾ ਕਰ ਗਏ, ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਸਾਰੇ ਨਤਮਸਤਕ ਹੋਏ ਨੇ। ਵੈਸੇ ਵੀ ਸਾਡੇ ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ 2 ਦਸਤਾਰਾਂ ਬੰਨੀਆਂ ਗਈਆਂ, ਇੱਕ ਪ੍ਰਿਥੀਏ ਦੇ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਦੇ। ਹਾਂਜੀ, ਐਸਾ ਜ਼ਿਕਰ ਆਉਂਦਾ ਹੈ, ਕੁਝ ਵਿਦਵਾਨਾਂ ਨੇ ਐਸਾ ਵੀ ਜ਼ਿਕਰ ਕੀਤਾ ਹੈ, ਬਾਬਾ ਪਿਰਥੀ ਚੰਦ ਵੱਡਾ ਸਪੁੱਤਰ ਹੋਣ ਦੇ ਨਾਤੇ ਬਾਬਾ ਮਹਾਦੇਵ ਤਾਂ ਵੈਸੇ ਹੀ ਉਪਰਾਮ ਸਨ ਇਸ ਗੱਲਾਂ ਤੋਂ। ਪਰ ਉੱਥੇ ਜਿਹੜਾ ਵਿਦਵਾਨਾਂ ਨੇ, ਮੈਂ ਉਹੀ ਗੱਲ ਕਹਿਣਾ ਚਾਹੁੰਦਾ ਸੀ ਕਿ
ਜੋ ਵਿਦਵਾਨਾਂ ਦੇ ਕਥਨ ਹਨ ਕਿ ਬਾਬੇ ਪਿਰਥੀਏ ਨੇ ਜ਼ੋਰ 'ਤੇ ਲਾਉਣਾ ਚਾਹਿਆ ਕਿ ਇਹ ਦਸਤਾਰਬੰਦੀ ਦੇ ਰਾਹੀਂ ਮੈਂ ਕੋਈ ਗੁਰਗੱਦੀ ਦਾ ਆਪਣੇ ਆਪ ਨੂੰ ਹੱਕਦਾਰ ਜਿਤਾ ਦਿਆਂ, ਕਿਸੇ ਨਾ ਕਿਸੇ ਤਰ੍ਹਾਂ ਮੈਂ ਗੁਰੂ ਅਰਜਨ ਸਾਹਿਬ ਨੂੰ ਗੁਰਗੱਦੀ ਤੋਂ ਹਟਾ ਦਿਆਂ। ਪਰ ਉਹਦੀ ਇਹ ਚਾਲ ਇੱਥੇ ਜਿਹੜੀ ਹੈ ਉਹ ਨਿਫਲ ਹੋ ਜਾਂਦੀ ਹੈ। ਇਸ ਤੋਂ ਬਾਅਦ ਬਾਬਾ ਪਿਰਥੀਆ ਜਿਹੜਾ ਹੈ ਉਹ ਆਪਣੇ ਜਿਹੜੇ ਮੁਖੀ ਮਸੰਦ ਹਨ ਉਹਨਾਂ ਦੇ ਨਾਲ ਵੀ ਸਾਂਠ ਗਾਂਠ ਕਰਦਾ ਹੈ, ਤਾਂ ਜੋ ਭਰੀ ਪੰਚਾਇਤ ਦੇ ਵਿੱਚ ਜੋ ਇਹ ਮੇਰਾ ਸਾਥ ਦੇਣਗੇ ਤਾਂ ਕਿਤੇ ਨਾ ਕਿਤੇ ਮੈਂ ਗੁਰਗੱਦੀ ਦਾ ਹੱਕਦਾਰ ਬਣ ਜਾਵਾਂ। ਇਸ ਤਰ੍ਹਾਂ ਦੀਆਂ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ, ਪਰ ਗੁਰੂ ਅਰਜਨ ਸਾਹਿਬ ਜੀ ਦੇ ਸੁਭਾਅ ਵਿੱਚ ਬਿਲਕੁਲ ਵੀ ਕੋਈ ਫਰਕ ਨਹੀਂ ਪੈਂਦਾ। ਉਹ ਨਿਮਰਤਾ ਦੀ ਮੂਰਤ ਉਹਦੇ ਸਿਰ ਤੇ ਵੀ ਦਸਤਾਰ ਸਜਵਾ ਦਿੰਦੇ ਨੇ। ਹਾਂਜੀ ਬਿਲਕੁਲ, ਉਹ ਆਪਣੇ ਸੁਭਾਅ ਦੇ ਨਾਲ ਉਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਦੇ ਵਿੱਚ ਜੁੜੇ ਹੋਏ ਹਨ ਗੁਰੂ ਅਰਜਨ ਸਾਹਿਬ ਜੀ। ਇਸ ਤੋਂ ਅਗਲੀ ਜਿਹੜੀ ਗੱਲ ਹੈ ਜੋ ਆਪਾਂ ਇਤਿਹਾਸ ਵਿੱਚ ਵੇਖਦੇ ਹਾਂ ਕਿ ਬਾਬੇ ਪਿਰਥੀਆ ਦਾ ਸਪੁੱਤਰ ਹੈ ਮਿਹਰਵਾਨ। ਹੁਣ ਜਦੋਂ ਬਾਬਾ ਪਿਰਥੀਆ ਆਪ ਉਹਨੂੰ ਨਹੀਂ ਦਿਸਦਾ ਕਿ ਮੈਂ ਤਾਂ ਗੁਰਗੱਦੀ 'ਤੇ ਬਿਰਾਜਮਾਨ ਜਿਹੜਾ ਹੈ ਉਹ ਨਹੀਂ ਹੋ ਸਕਦਾ, ਉਹ ਚਾਹੁੰਦਾ ਹੈ ਕਿ ਹੁਣ ਮੇਰਾ ਪੁੱਤਰ ਅੱਗੋਂ ਉਹ ਇਸ ਘਰ ਦਾ ਵਾਰਸ ਬਣ ਜਾਏ। ਪਰ ਜਿਉਂ ਹੀ ਗੁਰੂ ਅਰਜਨ ਸਾਹਿਬ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੀ ਆਮਦ ਹੁੰਦੀ ਹੈ ਤਾਂ ਉਹਦੇ ਸਾਰੇ ਸੁਪਨੇ ਜਿਹੜੇ ਨੇ ਇੱਥੇ ਵੀ ਚੂਰ ਹੋ ਜਾਂਦੇ ਹਨ। ਇਸ ਤੋਂ ਬਾਅਦ ਯਤਨ ਇਹ ਵੀ ਕੀਤੇ ਜਾਂਦੇ ਹਨ ਕਿ ਛੇਵੇਂ ਪਾਤਸ਼ਾਹ ਜੋ ਗੁਰੂ ਹਰਗੋਬਿੰਦ ਸਾਹਿਬ ਬਾਲ ਰੂਪ ਵਿੱਚ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈ ਉਹ ਮੌਤ ਦੇ ਘਾਟ ਉਤਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ, ਤਾਂ ਜੋ ਮੇਰਾ ਪੁੱਤਰ, ਕਿਉਂਕਿ ਹੁਣ ਆਪਣੇ ਪੁੱਤਰ ਤੋਂ ਉਹ ਆਸਾਂ ਲਾਉਣ ਲੱਗ ਪਿਆ। ਤੁਹਾਡੀ ਗੱਲ ਬਿਲਕੁਲ ਸਹੀ ਹੈ ਭਾਈ ਸਾਹਿਬ। ਗੁਰੂ ਅਰਜਨ ਪਾਤਸ਼ਾਹ ਜੀ ਕਿਵੇਂ ਗੁਰਗੱਦੀ 'ਤੇ ਬਿਰਾਜਮਾਨ ਹੋਏ, ਘਰ ਵਿੱਚ ਵਿਰੋਧ, ਇਹ ਜਦੋਂ ਅਸੀਂ ਇਤਿਹਾਸ ਦੇ ਇਹਨਾਂ ਸੁਨਹਿਰੀ ਪੰਨਿਆਂ ਨੂੰ ਪੜ੍ਹਦੇ ਤਾਂ ਬੜੀ ਹੈਰਾਨਗੀ ਹੁੰਦੀ ਹੈ। ਬਾਹਰੋਂ ਕੋਈ ਵਿਰੋਧ ਨਹੀਂ ਹੋ ਰਿਹਾ, ਘਰ ਵਿੱਚੋਂ ਸਗਾ ਭਰਾ ਵਿਰੋਧ ਕਰ ਰਿਹਾ, ਆਪ ਨੂੰ ਗੱਦੀ ਨਹੀਂ ਮਿਲੀ, ਫਿਰ ਪੁੱਤਰ 'ਤੇ ਜ਼ੋਰ ਲਾਇਆ। ਹੁਣ ਇੱਕ ਪਾਸੇ ਗੁਰੂ ਅਰਜਨ ਪਾਤਸ਼ਾਹ ਗੁਰਗੱਦੀ 'ਤੇ ਬਿਰਾਜਮਾਨ ਨੇ, ਹਾਂਜੀ, ਸਿੱਖ ਪੰਥ ਦੀ ਵਾਗਡੋਰ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਹੈ। ਗੁਰਗੱਦੀ 'ਤੇ ਬੈਠਣ ਤੋਂ ਬਾਅਦ, ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਅਰਜਨ ਮਹਾਰਾਜ ਜੀ ਨੇ ਕਿਹੜੇ ਕਿਹੜੇ ਕਾਰਜ ਕੀਤੇ ਜਿਹਦੇ ਸਦਕਾ ਸਿੱਖ ਪੰਥ ਵਿਕਾਸ ਵੱਲ ਗਿਆ? ਸਭ ਤੋਂ ਵੱਡਾ ਅਤੇ ਜਿਹੜਾ ਮੁੱਖ ਕਾਰਜ ਹੈ ਜਿਹਦੇ ਤੋਂ ਅਸਾਂ ਆਪਾਂ ਸਾਰੇ ਸਿੱਖ ਤਕਰੀਬਨ ਜਾਣੂ ਵੀ ਹਨ ਜੀ, ਕਿ ਜਿਹੜਾ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਜੋ ਬਾਣੀ ਇਕੱਠੀ ਕੀਤੀ ਗਈ ਹੈ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ, ਗੁਰੂ ਰਾਮਦਾਸ ਪਾਤਸ਼ਾਹ ਜੀ, ਹੋਰ ਭਗਤ ਸਾਹਿਬਾਨਾਂ ਜੀ ਨੇ ਜੋ ਬਾਣੀ ਰਚੀ ਹੈ, ਜੋ ਬਾਣੀ ਗੁਰੂ ਸਾਹਿਬ ਨੇ ਇਕੱਤਰ ਕੀਤੀ ਹੈ, ਇਹ ਸਾਰੇ ਪੋਥੀ ਰੂਪ ਵਿੱਚ ਸਨ। ਔਰ ਗੁਰੂ ਸਾਹਿਬ ਦੂਰ ਅੰਦੇਸੀ ਸਨ, ਉਹਨਾਂ ਨੂੰ ਪਤਾ ਹੈ ਕਿ ਜਿਹੜੇ ਲੋਕ ਅੱਜ ਵਿਰੋਧ ਕਰਦੇ ਹਨ ਇਹ ਕੱਲ੍ਹ ਨੂੰ ਇਸ ਦੇ ਵਿੱਚ ਰਲਾ ਵੀ ਕਰ ਸਕਦੇ, ਸੋ ਇਸ ਕਰਕੇ ਉਹਨਾਂ ਨੇ ਇਹਨਾਂ ਤੋਖਲਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਸੰਪਾਦਨਾ ਦਾ ਕਾਰਜ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਨੇ ਆਰੰਭ ਕੀਤਾ। ਔਰ ਸਭ ਤੋਂ ਵੱਡਾ ਕਾਰਜ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਨੇ ਉਹ ਸੰਪਾਦਨਾ ਦਾ ਕਾਰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਕਿ ਆਦਿ ਬੀੜ ਦੇ ਰੂਪ ਵਿੱਚ ਹਨ ਇਹ ਸੰਪਾਦਨਾ ਦਾ ਕਾਰਜ ਕੀਤੇ। ਇਸ ਤੋਂ ਇਲਾਵਾ ਜੋ ਕਾਰਜ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ 'ਤੇ ਕੀਤੀ ਹੈ, ਹੋਰ ਸਰੋਵਰਾਂ ਦੇ ਨਿਰਮਾਣ ਕੀਤੇ ਨੇ, ਆਪਾਂ ਵੇਖਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਵੀ ਰਚਨਾ ਜਿਹੜੀ ਹੈ ਉਹ ਗੁਰੂ ਅਰਜਨ ਸਾਹਿਬ ਜੀ ਕਰਾਉਂਦੇ ਨੇ, ਔਰ ਇਹਦੇ ਵਾਸਤੇ ਉਹਨਾਂ ਨੇ ਜਿਹੜੀ ਨੀਂਹ ਹੈ ਉਹ ਇਤਿਹਾਸ ਵਿੱਚ ਜ਼ਿਕਰ ਆਉਂਦਾ, ਸਾਈਂ ਮੀਆਂ ਮੀਰ ਪਾਸੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। ਸੋ ਸਰੋਵਰਾਂ ਦੇ ਕਾਰਜ, ਧਰਮਸ਼ਾਲਾ ਦੇ ਕਾਰਜ, ਇਸ ਤਰ੍ਹਾਂ ਦੇ ਜਿਹੜੇ ਕਾਰਜ ਨੇ ਉਹ ਗੁਰੂ ਅਰਜਨ ਸਾਹਿਬ ਜੀ ਕਰਦੇ ਰਹੇ। ਬਿਲਕੁਲ ਸਹੀ ਗੱਲ ਹੈ ਤੁਹਾਡੀ ਭਾਈ ਸਾਹਿਬ, ਬੜਾ ਲੰਬਾ ਇਤਿਹਾਸ ਹੈ ਗੁਰੂ ਅਰਜਨ ਪਾਤਸ਼ਾਹ ਦਾ, ਪਰੰਤੂ ਆਪਣੇ ਕੋਲ ਸਮਾਂ ਹੀ ਬੜਾ ਥੋੜ੍ਹਾ ਜਿਹਾ, ਹੁਣ ਵੱਖ ਵੱਖ ਸਮਾਂ ਹੋ ਚੁੱਕਾ ਹੈ ਬ੍ਰੇਕ ਦਾ। ਗੁਰੂ ਪਿਆਰੀ ਸਤਸੰਗ ਜੋ ਜਾਣਾ ਕੀਤੇ ਨੇ ਬੜੇ ਸੋਹਣੇ ਢੰਗ ਨਾਲ, ਸਾਡੇ ਉੱਤੇ ਸਤਿਕਾਰ ਯੋਗ ਸਿੱਖ ਚਿੰਤਕ ਭਾਈ ਸਾਹਿਬ ਭਾਈ ਗੁਲਾਬ ਸਿੰਘ ਜੀ, ਬੜੇ ਸੋਹਣੇ ਢੰਗ ਦੇ ਨਾਲ ਜਨਮ ਤੋਂ ਲੈ ਕੇ ਹੁਣ ਤੱਕ ਗੁਰਤਾ ਗੱਦੀ 'ਤੇ ਬੈਠਣ ਤੱਕ, ਅਤੇ ਕਿਵੇਂ ਗੁਰਤਾ ਗੱਦੀ 'ਤੇ ਬੈਠਣ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹੜੇ ਕਿਹੜੇ ਕਾਰਜ ਕੀਤੇ, ਸਾਡੇ ਸਾਹਮਣੇ ਇਤਿਹਾਸ ਦਾ ਇੱਕ ਇੱਕ ਸੁਨਹਿਰੀ ਪੰਨਾ ਖੋਲ੍ਹ ਕੇ ਰੱਖਿਆ ਹੈ। ਹੁਣ ਸਮਾਂ ਹੋ ਗਿਆ ਛੋਟੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਅਸੀਂ ਜੁੜਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੰਨੇ ਵਡਮੁੱਲੇ ਕਾਰਜ ਕੀਤੇ, ਪਰੰਤੂ ਫਿਰ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਦੇ ਉੱਪਰ ਬੈਠ ਕੇ ਸ਼ਹੀਦ ਕੀਤਾ ਗਿਆ, ਉਹ ਸ਼ਹੀਦੀ ਦੇ ਕਾਰਨ ਕੀ ਸਨ, ਇਹ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਬ੍ਰੇਕ ਤੋਂ ਬਾਅਦ। ਜੁੜੇ ਰਹੋ ਤੁਸੀਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ 'ਤੇ ਵਿਸ਼ੇਸ਼ ਪੇਸ਼ਕਸ਼ ਲੈ ਕੇ, ਮਿਲਦਾ ਇਸ ਬ੍ਰੇਕ ਤੋਂ ਬਾਅਦ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ।
जपियो जिन अर्जन देव गुरु, जपियो जिन अर्जन देव। ब्रेक तो बाद एक बार फिर तुहाडा सारयां दा स्वागत है जी। तुसी देख रहे हो गुरु अर्जन पातशाह दी शहादत दे संबंध विच साडे सामने इतिहास दे सुनहरी पन्ने किस किस तरह के नाल साडे ते सत्कारयोग भाई साहब भाई गुरलाल सिंह जी खोल के रख रहे ने। भाई साहब ब्रेक ते जाण तो पहला तुसी बड़े सोहने ढंग नाल जन्म तो लैके गुरता गद्दी गुरु अर्जन पातशाह के कारजा की गल की। हूँ जेकर आप थोड़ा जहा इतिहास की लड़ी अगे तोड़िए, गुरु अर्जन पातशाह शहीद भी किया गया, वो किहड़े कारण सन कि गुरु अर्जन पातशाह जी जो कि मानवता के गुरु जाने जाते सन, हर कोई गुरु घर नाल जुड़ रहा, इन्ने वडमुले कार्ज होने तो बाद भी गुरु अर्जन पातशाह जी ने यहो जी तसीह दे के शहीद करना पे। ये आप जिमें कि पहला गल की है, गुरु अर्जन साहब महाराज जी ने जो सरोवर के कार्ज, इतिहासक इमारतों के धर्मशाला बनाने के कार्ज, जिमें आप वेखिए लाहौर दे विच शाही दवाखाना, इस तरह के जेडे कार्ज ने। और सब तो वड्डी गल जिहड़ा कि गुरु अर्जन साहब जी का हर एक आम मनुख दे नाल राबता कायम करना जी। जे कोई सरकार तो भी कोई दुखी है जां तंग है जां कोई उहदी आर्थिक सहायता भी ठीक नहीं, क्योंकि गुरु नानक दे घर तो लैके ये सारे कार्ज किए जा रहे सन। और गुरु अर्जन साहब महाराज जी ने इन्हां कार्जां नूं बखूबी निभाया। हर एक की पुकार गुरु घर दे विच सुनी जाती है, हर एक का न्याय इस घर दे विच हुंदा है। और ये सबौकी गल है कि एक राज दे हुंदिया जदों कोई दूजा राज सामने खड़ा हुंदा दिसे तां उन्हां नूं तकलीफ ते होवेगी। बिल्कुल तुहाडी गल सही है, एक राज दे काम ने किसे दुखी लोकां दी सारी फरियाद नूं सुनना। एक पासे मुगल राज भी स्थापित है, सल्तनत स्थापित है, दूजे पासे गुरु नानक दा राज जिहड़ा बूटा गुरु नानक साहिब लाया सी, गुरु अंगद पातशाह ने विकसित किया, गुरु अमरदास पातशाह ने अगे तोरिया, इसी बूटे नूं हुण विकसित हुंदिया देर नहीं सी लगी। गुरु अर्जन पातशाह रूप में वड्डा रुख बन के साडे सामने सी। गुरु अर्जन पातशाह भी वह कार्य कर रहे सन जिहड़े कि राज दीआं सरकारां करदीआं ने। तुहाडी गल बिल्कुल सही है, हुण इस दरबार विच हिंदू भी आ रहे ने, मुसलमान भी आ रहे ने, बिल्कुल गुरु अर्जन पातशाह दे श्रद्धालु बन रहे ने। साईं मियां मीर जिहड़ा सब तो वड्डा अनिन सिख गुरु साहिब जी दा बनिया, हर समय गुरु साहिब दे नाल रहण वाला। और वड्डी गल ये कि हरिमंदर साहब जो वड्डा कार्ज गुरु साहिब जी ने किया है, उहदी नींह एक मुसलमान फकीर रखता है। ये गल्लां जिहड़ियां ने उहनां लोकां तो बर्दाश्त नहीं हुंदियां, क्योंकि आपां वेखिए हमेशा तो ये चलता आया है जिहड़ा हनेरे ते चानण दा आपस विच कदी हाँ। और जिथे ज्ञान है उथे अग्ञान नहीं टिकदा, जिथे सच है उथे झूठ नहीं टिकदा। झूठ जेड़ा है वह हमेशा फिर अपनियां बेलोड़ियां जेड़ियां ताकतां ने वह अग्गे रखेगा कि किसी ना किसी तरह इस सच नूं खत्म कीता जाए। और सब तो वड्डा कारण यह भी बनता है जो जहांगीर जेड़ा है वह अपनी तुझके जहांगीरी दे विच लिखता है, उहदा राज अपना राज खुसदा जदों नज़र आउंदा है सामने, एक होर राज सच दा राज खड़ा नज़र आउंदा है, वह लिखता है कि मैं इस झूठ की दुकान नूं खत्म कर देंगा। तुझके जहांगीर दे विच उन्हें ये लफ्ज़ लिखे ने, पर वह आप खुद झूठ की दुकान है जो शुरू तो लैके ही अन्यान किसी ना किसी तरह जेड़ा अपना राज है उन्होंने कायम किया होया है। और इस तरह अपना राज खुसदा वेख के सब तो वड्डा कारण जिहड़ा है, क्योंकि जिहड़ियां ताकतां ने विरोधी ताकतां उन्हां तो जरिया नहीं जांदा, उन्हां गुरु अर्जन साहिब जी नूं शहीद करन दे जिहड़े ने पहला गिरफ्तारी दे हुक्म दित्ते ने। गुरु अर्जन साहिब जी नूं लाहौर विखे लियांदा गया, और लाहौर दी धरती ते जिहड़ा उत्थे पहलां कई तरहां दे डरावे भी दित्ते गए ने। इहदी गल वी आपां करांगे भाई साहिब, होर किहड़े किहड़े इहो जिहे कारण सन। इक तां हो गया जिहड़ा एक राज दे विच विकसित करना, दूजे राज नूं स्थापित करना नहीं पाया सरकारां नूं, एक राज सन दूसरा राज स्थापित करना, होर किहड़े कारण सन इहो जिहे जी? जे कारणां दी गल करिए ते वेखो साडे विद्वानां ने कारण ते बड़े दसे ने, और अगां दी अगां जिहड़ी खोज है विद्वानां ने होर भी बड़ी कीती है, कारण इहदे विच होर दी होर भी निकलदे हुंदे ने ज्यों ज्यों इतिहास की खोज हुंदी है। पहला कारण ते घर दे विचों विरोधता बाबा पिरथिया जी। उस तो बाद कारण आपां ये भी वेखदे हां चंदू दी जो बेटी दा रिश्ता साख जो मोड़िया गया वह भी कारण गिणिया जांदा है। और गुरु ग्रंथ साहिब जी महाराज आदि बीड़ जी की जदों संपादना हुंदी है उदों कुछ लोग जिहड़े ने वह अपनी अपनी बाणी लैके आउंदे ने, वह कहिंदे ने कि असी जिहड़ा है अपनी बाणी इसे ग्रंथ विच साडी बाणी भी जिहड़ी है वह भी जोड़ी जाए शामिल की जाए। सो इस तरह और दूजे पासे ये जिहड़ी राजसी ताकत है
ਇਹ ਵੇਖਦੀ ਹੈ ਕਿ ਸਾਡੇ ਸਾਹਮਣੇ ਇੱਕ ਹੋਰ ਤਾਕਤ ਖੜ੍ਹੀ ਹੁੰਦੀ ਪਈ ਹੈ। ਇਹ ਜਿਹੜੇ ਮੋਟੇ ਮੋਟੇ ਕਾਰਨ ਬਣਦੇ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਪ੍ਰਤੀ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਸੱਚਮੁੱਚ ਜਦੋਂ ਅਸੀਂ ਇਹਨਾਂ ਸੁਨਹਿਰੀ ਪੰਨਿਆਂ ਨੂੰ ਪੜ੍ਹਦੇ ਹਾਂ, ਇੱਕ ਪਾਸੇ ਘਰ ਵਿੱਚ ਉਭਰੋ ਤਾਂ ਦੂਜੇ ਪਾਸੇ ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਨਾ ਅਸੈਪਟ ਕਰਨਾ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ। ਅਤੇ ਸਭ ਤੋਂ ਵੱਡਾ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਉਹ ਗ੍ਰੰਥ ਸਾਡੇ ਸਾਹਮਣੇ ਤਿਆਰ ਕਰਨਾ। ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਦੁਨੀਆ ਦੇ ਵਿੱਚ ਧਰਮ ਗ੍ਰੰਥ ਵੀ ਨੇ ਅਤੇ ਗ੍ਰੰਥ ਵੀ ਨੇ। ਮੈਂ ਪਹਿਲਾਂ ਵੀ ਗੱਲ ਕਰ ਚੁੱਕਾ, ਗ੍ਰੰਥ ਤੁਸੀਂ ਵੀ ਲਿਖ ਸਕਦੇ ਹੋ, ਗ੍ਰੰਥ ਅਸੀਂ ਵੀ ਲਿਖ ਸਕਦੇ ਹਾਂ, ਪਰੰਤੂ ਧਰਮ ਗ੍ਰੰਥ ਰਹਿਬਰਾਂ ਦੇ ਵੱਲੋਂ ਲਿਖਿਆ ਜਾਂਦਾ ਹੈ। ਗ੍ਰੰਥ ਵਿੱਚ ਅਸੀਂ ਘਟਾ ਸਕਦੇ ਹਾਂ, ਵਧਾ ਸਕਦੇ ਹਾਂ, ਕੁਝ ਵੀ ਐਡ ਕਰ ਲਿਆ, ਕੁਝ ਵੀ ਘਟਾ ਦਿੱਤਾ, ਪਰੰਤੂ ਧਰਮ ਗ੍ਰੰਥ ਵਿੱਚ ਨਾ ਕੁਝ ਸ਼ਾਮਿਲ ਕੀਤਾ ਜਾ ਸਕਦਾ ਅਤੇ ਨਾ ਉਹਦੇ ਵਿੱਚੋਂ ਕੁਝ ਘਟਾਇਆ ਜਾ ਸਕਦਾ। ਉਹ ਧਰਮ ਗ੍ਰੰਥ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੂਪ ਦੇ ਵਿੱਚ ਸਿੱਖ ਸਲਤਨਤ ਕੋਲ ਹੈ, ਸਿੱਖ ਕੌਮ ਦੇ ਕੋਲ ਹੈ, ਜਿਸ ਗ੍ਰੰਥ ਦੇ ਵਿੱਚ ਵੱਖ ਵੱਖ ਜਾਤੀਆਂ ਨਾਲ ਸੰਬੰਧਿਤ, ਵੱਖ ਵੱਖ ਫਿਰਕਿਆਂ ਨਾਲ ਸੰਬੰਧਿਤ ਸੂਫੀ ਫਕੀਰਾਂ ਦੇ, ਭਗਤਾਂ ਦੇ, ਗੁਰੂ ਸਾਹਿਬਾਨਾਂ ਦੇ ਸੁਨਹਿਰੀ ਉਪਦੇਸ਼ ਦਰਜ ਨੇ, ਜਿਸ ਗ੍ਰੰਥ ਦੇ ਸਾਹਮਣੇ ਸਾਰੀ ਮਾਨਵਤਾ ਸਿਰ ਝੁਕਾਉਂਦੀ ਹੈ, ਉਹ ਗ੍ਰੰਥ ਜਿਹਦੇ ਵਿੱਚੋਂ ਆਵਾਜ਼ ਆਉਂਦੀ, ਅਵਲ ਅਲੈ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਗ੍ਰੰਥ ਜਿਹਦੇ ਵਿੱਚੋਂ ਆਵਾਜ਼ ਆਉਂਦੀ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਇਸ ਗ੍ਰੰਥ ਵਿੱਚੋਂ ਨਿਕਲੀ ਆਵਾਜ਼, ਇਸ ਗ੍ਰੰਥ ਚੋਂ ਨਿਕਲੀ ਸੱਚ ਦੀ ਆਵਾਜ਼ ਕਿਸੇ ਨੂੰ ਭਾਂਦੀ ਨਹੀਂ। ਐਂ ਲੱਗਦਾ ਵੀ ਸਭ ਤੋਂ ਵੱਡਾ ਕਾਰਨ ਇਹੀ ਸੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦਾ, ਵੀ ਇਸ ਗ੍ਰੰਥ ਦੀ ਸੰਪਾਦਨਾ ਕਿਉਂ ਕੀਤੀ ਗੁਰੂ ਅਰਜਨ ਪਾਤਸ਼ਾਹ ਜੀ ਨੇ। ਹੁਣ ਇਹ ਤਾਂ ਹੋਏ ਕਾਰਨਾਂ ਦੀ ਗੱਲ, ਭਾਈ ਸਾਹਿਬ ਕਿਵੇਂ ਸ਼ਹੀਦ ਕੀਤਾ ਗਿਆ? ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦੇ ਲਈ ਉਹ ਲੋਕਾਂ ਨੇ ਵੀ ਜਿਹੜਾ ਹੈ ਉਹ ਜ਼ੁਲਮ ਦੀ ਇੰਤਹਾ ਕੀਤੀ ਹੈ। ਉਹਨਾਂ ਨੇ ਜੋ ਜਿਵੇਂ ਵਿਦਵਾਨਾਂ ਦੇ ਕਥਨ ਅਨੁਸਾਰ ਯਾਸਾ ਦਾ ਕਾਨੂੰਨ ਜੋ ਹੈ ਉਹ ਲਾਗੂ ਕੀਤਾ ਗਿਆ। ਉਸ ਯਾਸਾ ਦੇ ਕਾਨੂੰਨ ਦੇ ਅੰਦਰ ਇਸ ਤਰ੍ਹਾਂ ਕਿਸੇ ਵੀ ਜਦੋਂ ਮਨੁੱਖ ਨੂੰ ਸ਼ਹੀਦ ਕੀਤਾ ਜਾਂਦਾ ਹੈ ਤਾਂ ਉਹ ਇਹ ਮੰਨਦੇ ਹਨ ਕਿ ਜੇ ਇਹਦੇ ਖੂਨ ਦਾ ਇੱਕ ਵੀ ਕਤਰਾ ਜਿਹੜਾ ਹੈ ਉਹ ਜ਼ਮੀਨ 'ਤੇ ਡਿੱਗ ਜਾਵੇ ਤਾਂ ਇਹਦੇ ਵਰਗੇ ਜਿੰਨੇ ਕਤਰੇ ਡਿੱਗਣਗੇ ਇਹਦੇ ਵਰਗੇ ਉਹਨੇ ਹੋਰ ਪੈਦਾ ਹੋ ਜਾਣਗੇ। ਇਸ ਗੱਲ ਨੂੰ ਮੰਨਦਿਆਂ ਹੋਇਆਂ ਇਹ ਯਾਸਾ ਕਾਨੂੰਨ ਜਿਹੜਾ ਇਹ ਜਾਰੀ ਕੀਤਾ ਗਿਆ ਸੀ। ਔਰ ਯਾਸਾ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨਾ ਚਾਹਿਆ। ਆਪਾਂ ਜਾਣਦੇ ਹਾਂ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਵਾਸਤੇ ਉਹਨਾਂ ਨੇ ਤੱਤੀ ਤਵੀ ਜਿਹੜਾ ਉਹ ਤਵੀ ਨੂੰ ਤੱਤਿਆਂ ਕਰਕੇ ਥੱਲੇ ਅੱਗ ਬਾਲੀ ਗਈ ਹੈ, ਉੱਪਰੋਂ ਗਰਮ ਰੇਤਾ ਜਿਹੜਾ ਹੈ ਉਹ ਸੀਸ ਵਿੱਚ ਪਾਇਆ ਜਾ ਰਿਹਾ ਹੈ। ਔਰ ਉੱਥੇ ਕਿ ਗੁਰੂ ਅਰਜਨ ਸਾਹਿਬ ਜੀ ਦਾ ਸਰੀਰ ਜਿਹੜਾ ਹੈ ਉਹ ਤੱਤੀ ਤਵੀ 'ਤੇ ਛਾਲੇ ਛਾਲੇ ਹੋ ਜਾਂਦਾ ਹੈ, ਸਾਰਾ ਸਰੀਰ ਜਿਹੜਾ ਹੈ ਉਹ ਝੁਲਸਿਆ ਜਾਂਦਾ ਹੈ ਤੱਤੀ ਤਵੀ 'ਤੇ ਬੈਠਣ ਕਰਕੇ। ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਹੈ ਦਰਿਆ ਦੇ ਵਿੱਚ ਸਰੀਰ ਨੂੰ ਜਲ ਦੇ ਵਿੱਚ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਸੋ ਇਹ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਹੀਦ ਕਰਨ ਤੋਂ ਪਹਿਲਾਂ ਡਰਾਵੇ ਵੀ ਦਿੱਤੇ ਗਏ ਨੇ, ਲਾਲਚ ਵੀ ਦਿੱਤੇ ਗਏ ਨੇ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਬੋਲ ਨੇ ਜਿਸ ਕੇ ਸਿਰੀ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾ ਹੀ ਜਮ ਨਹੀਂ ਆਵੇ। ਔਰ ਉਹਨਾਂ ਦੇ ਹੀ ਇਹ ਬੋਲ ਜੋ ਉਸ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੇ, ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ। ਸਾਈਂ ਮੀਆਂ ਮੀਰ ਨੇ ਉਸ ਸਮੇਂ ਆਖਿਆ ਵੀ ਸੀ ਕਿ ਪਾਤਸ਼ਾਹ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਇਹਨਾਂ ਦੀ ਇੱਟ ਨਾਲ ਇੱਟ ਖੜਕਾ ਦਿਆਂ, ਮੈਂ ਇਸ ਤੁਹਾਡੇ 'ਤੇ ਕੀਤੇ ਜ਼ੁਲਮ ਦਾ ਬਦਲਾ ਹੁਣੇ ਹੀ ਲੈ ਲਵਾਂ। ਪਰ ਗੁਰੂ ਅਰਜਨ ਸਾਹਿਬ ਜੀ ਨੇ ਉਸ ਅਕਾਲ ਪੁਰਖ ਦੇ ਭਾਣੇ ਨੂੰ ਸਤ ਕਰਕੇ ਜਾਣਦਿਆਂ ਹੋਇਆਂ ਹੱਸਦਿਆਂ ਜਿਹੜਾ ਉਹ ਗੁਰੂ ਸਾਹਿਬ ਜੀ ਸ਼ਹਾਦਤ ਦਾ ਜਾਮ ਪੀ ਗਏ, ਸ਼ਹੀਦ ਹੋ ਗਏ। ਸੋ ਇਸ ਤਰ੍ਹਾਂ ਯਾਸਾ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ। ਸੱਚਮੁੱਚ ਕਹਿਣਾ ਬੜਾ ਆਸਾਨ ਹੈ ਕਿ ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ 'ਤੇ ਬਿਠਾਇਆ ਗਿਆ, ਪਰੰਤੂ ਜਦੋਂ ਅਸੀਂ ਇਹਨਾਂ ਸੁਨਹਿਰੀ ਅਤੇ ਆਪਣੇ ਵਿਰਾਸਤੀ ਇਤਿਹਾਸਕ ਸਰੋਤਾਂ ਨੂੰ ਪੜ੍ਹਦੇ ਹਾਂ, ਜਿਵੇਂ ਸਾਡੇ ਤਿਸਤ ਕਾਜੋ ਭਾਈ ਸਾਹਿਬ ਭਾਈ ਗੁਲਾਬ ਸਿੰਘ ਨੇ ਇਤਿਹਾਸਕ ਸਰੋਤਾਂ ਨੂੰ ਆਧਾਰ ਬਣਾ ਕੇ ਸਾਡੇ ਸਾਹਮਣੇ ਇਤਿਹਾਸ ਦੀ ਉਹਨਾਂ ਕੜੀਆਂ ਨੂੰ ਰੱਖਿਆ ਹੈ, ਅਤੇ ਇੱਕ ਵਾਰ ਤਾਂ ਦਿਲ ਦਹਿ ਜਾਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਸਦਕਾ ਸਾਡੇ ਸਿਰਾਂ 'ਤੇ ਦਸਤਾਰਾਂ ਸੌਂਪਦੀਆਂ ਨੇ, ਜਿਨ੍ਹਾਂ ਦੇ ਸਦਕਾ ਅੱਜ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਦੇ ਹਾਂ। ਭਾਈ ਸਾਹਿਬ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ, ਅਸੀਂ ਸ਼ੋਅ ਨੂੰ ਅੱਗੇ ਤੋਰੀਏ, ਪਰ ਇੱਕ ਮੈਂ ਬੇਨਤੀ ਕਰਾਂਗਾ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਨਤੀਜਾ ਕੀ ਨਿਕਲਿਆ, ਇਹਦੇ ਬਾਰੇ ਵੀ ਆਪਾਂ ਜਾਂਦੇ ਜਾਂਦੇ ਗੱਲ ਕਰ ਜਾਈਏ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਗੁਰਗੱਦੀ 'ਤੇ ਬਿਰਾਜਮਾਨ ਹੁੰਦੇ ਹਨ, ਔਰ ਉਹ ਪੰਥ ਦੀ ਵਾਗਡੋਰ ਸਾਂਭਦੇ ਹਨ, ਔਰ ਇਸ ਤੋਂ ਬਾਅਦ ਜਿਹੜਾ ਅਸਲ ਨਤੀਜਾ ਇਹ ਹੈ ਕਿ ਜਿਹੜਾ ਸੱਚ ਹੈ ਉਹ ਕਦੇ ਵੀ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਤਰ੍ਹਾਂ, ਭਾਵੇਂ ਇਸ ਸਰੀਰ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਕੇ ਜਿਹੜਾ ਹੈ ਉਹ
ਖਤਮ ਕਰਨ ਦਾ ਯਤਨ ਕੀਤਾ ਜਾਏ, ਪਰ ਸੱਚ ਨੂੰ ਕਦੇ ਖਤਮ ਨਹੀਂ ਕੀਤਾ ਜਾਂਦਾ। ਇਸ ਦੇ ਨਾਲ ਉਹਨਾਂ ਲੋਕਾਂ ਨੂੰ ਵੀ, ਉਹ ਝੂਠ 'ਤੇ ਚੱਲਣ ਵਾਲੇ ਲੋਕਾਂ ਨੂੰ ਵੀ ਸਮਝ ਪੈ ਗਈ ਕਿ ਸੱਚ ਕਦੇ ਮਿਟਣ ਵਾਲਾ ਨਹੀਂ ਹੈ। ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਸੱਚਮੁੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਨੂੰ ਕਿੰਨਾ ਸਮਾਂ ਹੋ ਚੁੱਕਾ। ਹਰ ਸਾਲ ਹਰ ਰੋਜ਼ਾਨਾ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬਾਣੀ ਦੇ ਰੂਪ ਵਿੱਚ ਯਾਦ ਕਰਦੇ ਹਾਂ, ਪਰੰਤੂ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ, ਜਿਨ੍ਹਾਂ ਨੇ ਸ਼ਹੀਦ ਕਰਨ ਦਾ ਫਰਮਾਨ ਜਾਰੀ ਕੀਤਾ ਸੀ, ਅੱਜ ਉਹਨਾਂ ਦਾ ਕੋਈ ਨਾਮ ਲੈਣ ਨੂੰ ਵੀ ਪਸੰਦ ਨਹੀਂ ਕਰਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਸੱਚ ਸਦੀਵ ਕਾਲ ਜਿਉਂਦਾ ਰਹਿੰਦਾ ਹੈ। ਜੇਕਰ ਸੱਚਮੁੱਚ ਤੁਸੀਂ ਵੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋ ਅਤੇ ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਇਹਨਾਂ ਦਿਹਾੜਿਆਂ ਦੇ ਉੱਪਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨਾਲ ਜੁੜੀਏ, ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨਾਲ ਜੁੜੀਏ, ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਨੂੰ ਆਪਣੇ ਇਤਿਹਾਸਕ ਸਰੋਤਾਂ ਨੂੰ, ਆਪਣੇ ਇਤਿਹਾਸਕ ਪੰਨਿਆਂ ਨੂੰ ਪੜ੍ਹ ਕੇ ਮਾਣ ਹੋਵੇ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਵੇਂ ਸਾਡੇ ਵਾਸਤੇ ਇਸ ਮਾਨਵਤਾ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ। ਅੱਜ ਇਹਦੇ ਸਦਕਾ 'ਚ ਗੁਰੂ ਘਰਾਂ ਵਿੱਚ ਆਜ਼ਾਦੀ ਨਾਲ ਨਿੱਘ ਮਾਣ ਦਿਆ ਦਰਸ਼ਨ ਦੀਦਾਰੇ ਕਰਦੇ ਹਾਂ। ਆਪ ਸਮੂਹ ਸੰਗਤਾਂ ਦਾ ਵੀ ਧੰਨਵਾਦ, ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਸੋਹਣੇ ਢੰਗ ਨਾਲ ਇਤਿਹਾਸਕ ਸਰੋਤਾਂ ਨੂੰ ਆਧਾਰ ਬਣਾ ਕੇ ਸਾਡੇ ਸਾਹਮਣੇ ਗੁਰੂ ਅਰਜਨ ਪਾਤਸ਼ਾਹ ਦੇ ਸ਼ਹਾਦਤ ਦੇ ਇਤਿਹਾਸਕ ਸਰੋਤਾਂ ਨੂੰ, ਇਤਿਹਾਸਕ ਫਲਸਫੇ ਨੂੰ ਸਾਡੇ ਸਾਹਮਣੇ ਰੱਖਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਨੂੰ ਦਿਓ ਆਗਿਆ, ਆਪ ਸਮੂਹ ਸੰਗਤ ਦਾ ਵੀ ਧੰਨਵਾਦ, ਹੁਣ ਸਾਨੂੰ ਦਿਓ ਆਗਿਆ, ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਬੋਲੇ।